ਆਮ ਇਲੈਕਸ਼ਨਾਂ ਨਾਲੋਂ ਬੜੇ ਸਪੈਸ਼ਲ ਇਲੈਕਸ਼ਨ ਇਹ ਇਲੈਕਸ਼ਨ ਕਿਸੇ ਭਾਰਤ ਨਗਰ, ਸੀਤਾ ਨਗਰ, ਸ਼ਾਮ ਨਗਰ, ਮਨੋਹਰ ਨਗਰ, ਅਸ਼ੋਕ ਨਗਰ ਦੀ ਹਾਲਾਤ ਡਿਸਾਈਡ ਕਰਨ ਵਾਲੇ ਨਹੀਂ ਹੈ। ਇਹ ਇਲੈਕਸ਼ਨ ਇਸ ਮੁਲਕ ਦਾ ਭਵਿੱਖ ਤੈਅ ਕਰਨ ਵਾਲੇ ਇਲੈਕਸ਼ਨ। ਆੜੀ ਹੁਣ ਸੁਣ ਲੈ ਯਾਰ, ਹੁਣ ਬਿੱਟੂ ਦਾ ਤਾਂ ਕੰਮ ਨਿਬੇੜਨਾ ਹੀ ਨਿਬੇੜਨਾ ਹੀ। ਮੇਰਾ ਖਿਆਲ ਤੁਸੀਂ ਸਾਰੇ ਹੀ ਇਸ ਗੱਲ ਨਾਲ ਸਹਿਮਤ ਹੋਵੋਗੇ ਬਈ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਇਹ ਡਿਸਕਸ ਕਰਦੇ ਆ ਰਹੇ ਬਈ ਕੀ ਇਸ ਇਲੈਕਸ਼ਨ ਤੋਂ ਬਾਅਦ ਦੁਬਾਰਾ ਇਲੈਕਸ਼ਨ ਵੀ ਹੋਣਗੇ। ਹਾਲਾਤ ਇਸ ਤਰੀਕੇ ਦੇ ਪੈਦਾ ਹੋਏ। ਅੱਜ ਇਸ ਜਗ੍ਹਾ ਤੇ ਅੰਦਰ ਅੱਗੇ ਕਮਿਊਨਿਟੀ ਸੈਂਟਰ 'ਚ ਦੂਸਰੀ ਪਾਰਟੀਆਂ ਦੀ ਵੀ ਇਲੈਕਸ਼ਨ ਮੀਟਿੰਗਾਂ ਹੋਈਆਂ ਹੋਣਗੀਆਂ, ਪਰ ਸੱਚ ਜਾਣਿਓ ਕਿਸੇ ਕੋਲ ਦੱਸਣ ਨੂੰ ਕੁਝ ਨਹੀਂ। ਕਿਸੇ ਕੋਲ ਨਹੀਂ ਦੱਸਣ ਨੂੰ ਹੈ ਵੀ ਅਸੀਂ ਕੀਤਾ ਕੀ ਤੇ ਅਸੀਂ ਕਰਾਂਗੇ ਕੀ। ਕਿਸੇ ਨੇ ਤਾਂ ਸਿਰਫ ਜਗਰਾਤਿਆਂ ਤੇ ਨੱਚ ਨੱਚ ਵੋਟਾਂ ਮੰਗਣੀਆਂ, ਕਿਸੇ ਨੇ 2 ਸਾਲ ਪਹਿਲਾਂ ਮੂਰਖ ਬਣਾਇਆ ਸਾਰੇ ਪੰਜਾਬ ਨੂੰ ਕਿਸੇ ਪਾਰਟੀ। ਜਵਾਬ ਤੁਹਾਨੂੰ ਦੇਣਾ ਪਊਗਾ, ਤੁਸੀਂ ਕੀ ਚਾਹੁੰਦੇ ਹੋ ਆਉਣ ਵਾਲੇ ਟਾਈਮ 'ਚ। ਹੋ ਸਕਦਾ ਮੇਰੀਆਂ ਗੱਲਾਂ ਜ਼ਿਆਦਾ ਤੁਹਾਡੇ ਤਾਈਂ ਪਹੁੰਚਦੀਆਂ ਨਾ ਹੋਣ, ਪਰ ਸੱਚੀ ਗੱਲ ਇਹ ਆ ਵੀ ਆ ਮੇਰੀਆਂ ਮਾਤਾਵਾਂ ਬੈਠੀਆਂ ਬਹੁਤੀਆਂ ਨੇ ਤਾਂ 1000 ਰੁਪਏ ਉਡੀਕਦੇ ਹੀ ਪਿਛਲੇ ਵਾਰੀ ਵੋਟਾਂ ਪਾਤੀਆਂ ਸੀ, ਅਤੇ ਐਤਕੀ ਫਿਰ ਕੋਈ ਨਾ ਕੁਝ ਇਹੋ ਜਿਹੀ ਸੋਚ ਰੱਖ ਕੇ ਵੋਟਾਂ ਪਾ ਦਿਓਗੇ ਅਤੇ ਬਾਅਦ 'ਚੋਂ ਅਫਸੋਸ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ। ਅੱਜ ਬਹੁਤ ਲੱਭਦੇ ਨੇ, ਬੜਿਆਂ ਨੇ ਨੁਕਸ ਵੀ ਕੱਢੇ ਵੀ ਯਾਰ ਆਸ਼ੂ ਨੂੰ ਬੋਲਣਾ ਨਹੀਂ ਆਉਂਦਾ, ਅਤੇ ਅੱਜ ਉਸ ਬਦਤਮੀਜ ਆਸ਼ੂ ਨੂੰ ਲੱਭਦੇ ਵੀ ਬੜੇ ਨੇ ਵੀ ਯਾਰ ਉਹੀ ਲੈ ਆਓ, ਉਹੀ ਲੱਭ ਲਓ। ਹਾਲਾਤ ਅਗਰ ਤੁਸੀਂ ਸਾਹਮਣੇ ਨੇ ਆਉਣ ਵਾਲੇ ਟਾਈਮ 'ਚ ਵਾਕਈ ਤੌਰ 'ਤੇ ਅਸਲੀਅਤ 'ਚ ਇਸ ਸੂਬੇ ਨੂੰ, ਇਸ ਮੁਲਕ ਨੂੰ ਕੀ ਚਾਹੀਦਾ ਆ, ਤਾਂ ਤਾਕਤ ਤੁਹਾਡੇ ਕੋਲ ਰਹਿੰਦੀ। ਪਰ ਬਦਕਿਸਮਤੀ ਨਾਲ ਅੱਜ ਦੇ ਇਲੈਕਸ਼ਨ ਆ ਤੁਹਾਡੇ ਹੱਥਾਂ 'ਚ ਫੜਿਆ ਟੈਲੀਫੋਨ, ਅਤੇ ਇਹਦੇ 'ਤੇ ਚੱਲਦੇ ਉਹ ਜਿਹੜੇ ਸਕਿੱਟ ਅਤੇ ਮਜ਼ਾਕ ਇਹਨਾਂ 'ਤੇ ਹੀ ਰਹਿ ਗਿਆ, ਅਤੇ ਅਸਲੀਅਤ 'ਚ ਤੁਹਾਨੂੰ ਚਾਹੀਦਾ ਕੀ ਹੈ ਕਿਸੇ ਨੂੰ ਕੁਝ ਵੀ ਨਹੀਂ ਪਤਾ। ਕਿਹੜੀ ਪਾਰਟੀ ਨੇ ਕੀ ਵਾਅਦਾ ਕੀਤਾ ਕੁਝ ਵੀ ਨਹੀਂ ਪਤਾ ਬਹੁਤੇ ਹਨ। ਆਹਾ ਹੀ ਹੀ ਉਹਨੇ ਉਹਨੂੰ ਬੋਲਤਾ, ਉਹਨੇ ਆਹ ਕਹਿ ਦਿੱਤਾ, ਇਸ ਮਜ਼ਾਕ 'ਚ ਇਸ ਇਲੈਕਸ਼ਨ ਦਾ ਸਾਰਾ ਬੇੜਾ ਗਰਕ ਹੋਇਆ। ਪਰ ਤੁਸੀਂ ਸਾਰੇ ਸੂਝਵਾਨ, ਤੁਹਾਡੇ ਤੋਂ ਉਮੀਦ ਰੱਖਦਾ ਵੀ ਇੱਕ ਵਾਰ ਗਲਤੀ 22 'ਚ ਹੋ ਗਈ ਉਹ ਤਾਂ ਸਟੇਟ ਲੈਵਲ ਦੀ ਸੀ, ਪਰ ਜੇ ਨੈਸ਼ਨਲ ਲੈਵਲ 'ਤੇ ਦੁਬਾਰਾ ਕੋਈ ਗਲਤੀ ਹੋ ਗਈ ਤਾਂ ਦੁਬਾਰਾ ਤੁਹਾਨੂੰ ਮੌਕਾ ਨਹੀਂ ਮਿਲਣਾ, ਫਿਰ ਇੱਥੇ ਸਟੇਜਾਂ ਨਹੀਂ ਲੱਗਣਗੀਆਂ, ਅਤੇ ਫਿਰ ਮੁੜ ਕੇ ਇਲੈਕਸ਼ਨ ਦੇ ਇਹੋ ਜਿਹੇ ਮੇਲੇ ਨਹੀਂ ਲੱਗਦੇ, ਫਿਰ ਨਾ ਤੁਹਾਡੇ ਕੋਲ ਕੋਈ ਤਾਕਤ ਰਹਿੰਦੀ। ਇੱਕੋ ਹੀ ਘਰ 'ਚ ਜਾਈ ਜਾਇਓ ਅਤੇ ਉੱਥੇ ਹੀ ਜਾ ਕੇ ਆਪਣੇ ਕੰਮ ਕਰਵਾਉਂਦੇ ਰਹੀਓ, ਹੁਣ ਹੁਣ ਨਹੀਂ ਹੁਣ ਨਾ ਹੋ। ਅੱਜ ਬਹੁਤ ਜ਼ਰੂਰਤ ਆ ਸਮਝਦਾਰੀ ਦੇ ਨਾਲ ਵੋਟ ਪਾਉਣ ਦੀ, ਤੁਹਾਨੂੰ ਇਹ ਪਛਾਣਨ ਦੀ ਲੋੜ ਆ ਵੀ ਆਉਣ ਵਾਲੇ ਟਾਈਮ 'ਚ ਸਾਡੀ ਰਾਜਨੀਤਿਕ ਹੋਂਦ ਰਹੇਗੀ ਕਿ ਨਹੀਂ।
ਸਾਡੀ ਸਮਾਜਿਕ ਹੋਂਦ ਰਹੇਗੀ ਕਿ ਨਹੀਂ ਰਹੇਗੀ, ਸਾਡੀ ਆਰਥਿਕ ਹੋਂਦ ਰਹੇਗੀ ਕਿ ਨਹੀਂ ਰਹੇਗੀ। ਸਾਡੀ ਪਾਰਟੀ ਨੇ, ਸਾਡੇ ਲੀਡਰ ਨੇ ਤੁਹਾਡੇ ਵਾਸਤੇ ਗਰੰਟੀਆਂ ਕੀਤੀਆਂ ਵੀ ਮਤਾਵਾਂ ਨੂੰ ਲੱਖ ਰੁਪਇਆ ਸਾਲ ਦਾ ਦੇਵਾਂਗੇ, ਕਿਸਾਨਾਂ ਵਾਸਤੇ ਗਰੰਟੀਆਂ, ਮਜ਼ਦੂਰਾਂ ਵਾਸਤੇ ਗਰੰਟੀਆਂ। ਜਿਹੜਾ ਸਰਮਾਇਆ ਅਮੀਰਾਂ ਕੋਲ ਜਾਂਦਾ ਸੀ ਉਹਨਾਂ ਤੋਂ ਲੈ ਕੇ ਗਰੀਬਾਂ ਤਾਈਂ ਕਿਸ ਤਰੀਕੇ ਪਹੁੰਚਾਉਣਾ ਹੈ, ਅਤੇ ਜਿਹੜੀ ਗਰੰਟੀ ਉਹ ਸੀ ਜਿਹੜੇ 15 ਲੱਖ ਆਉਣਗੇ ਅਤੇ ਉਹ ਅੱਜ 10 ਸਾਲ 'ਚ ਪਤਾ ਨਹੀਂ ਕਿਸੇ ਕੋਲ ਆਏ ਕਿ ਨਹੀਂ ਆਏ। ਪਰ ਕਾਂਗਰਸ ਪਾਰਟੀ ਦਾ ਦਾਅਵਾ ਰਿਹਾ ਜੋ ਮੈਨੀਫੈਸਟੋ 'ਚ ਲਿਖਿਆ ਅਗਲੀ ਇਲੈਕਸ਼ਨ ਆਉਣ ਤੋਂ ਪਹਿਲਾਂ 100% ਲਾਗੂ ਕੀਤਾ। ਇਹ ਪਿਛਲੇ UPA 1 ਔਰ UPA 2 ਦਾ ਇਤਿਹਾਸ ਦੱਸਦਾ। ਪਰ ਬਦਕਿਸਮਤੀ ਹੈ ਵੀ ਸਾਡੇ ਬੰਦੇ ਇੰਨੇ ਕੁ ਸਾਊ ਹੈ, ਜਿਵੇਂ ਭਾਬੀ ਪੂਨਮ ਮਲਹੋਤਰਾ ਹੈ ਵਿਚਾਰੀ ਸਾਊ ਹੈ, ਕੰਮ ਜਿੰਨਾ ਮਰਜ਼ੀ ਕਰਾ ਲਓ ਲੱਛੇਦਾਰ ਗੱਲਾਂ ਨਹੀਂ ਆਉਂਦੀਆਂ। ਸਾਡੇ ਬੰਦਿਆਂ ਨੂੰ ਸਮਾਨ ਵੇਚਣਾ ਨਹੀਂ ਆਇਆ, ਉਹ 10 ਸਾਲ ਝੂਠ ਵੇਚ ਕੇ ਤੁਹਾਨੂੰ ਬੇਵਕੂਫ ਬਣਾ ਗਏ ਅਤੇ ਸਾਡੇ ਤੁਹਾਡਾ ਗੂਹਾ ਕੂੜਾ ਕਰਦੇ ਕਰਦੇ ਹੀ ਤੁਰ ਗਏ। ਜਿੰਨੀਆਂ ਸਕੀਮਾਂ ਚੱਲੀਆਂ ਉਹ ਸਾਰੀਆਂ ਡਾਕਟਰ ਮਨਮੋਹਨ ਸਿੰਘ ਦੇ ਟਾਈਮ 'ਤੇ ਚੱਲੀਆਂ, ਅਤੇ ਉਹਨਾਂ 'ਤੇ ਉਹ ਕਿਸੇ ਨੇ ਸ਼ਿਕਾਰ ਮਾਰਿਆ ਹੋਵੇ ਤਾਂ ਪੈਰ ਰੱਖ ਕੇ ਸ਼ਿਕਾਰੀ ਬਣੇ ਹੋਏ ਸਾਡੇ ਮੋਦੀ ਸਾਹਿਬ। ਫੋਟੋਆਂ ਰੋਜ਼ ਖਿਚਾਉਂਦੇ ਆ ਵੀ ਮੈਂ ਇਸ ਮੁਲਕ ਦਾ ਸਮਾਰਤਾ, ਮੈਨੇ 60-70 ਸਾਲ 'ਚ ਕੁਛ ਹੋਇਆ ਹੀ ਨਹੀਂ, ਜੋ ਹੋਇਆ ਇਹੀ ਦੱਸ। ਸੋ ਇਹ ਰਾਜਾ ਜੀ ਬਹੁਤ ਔਖੇ ਹੋ ਰਹੇ ਆ, ਮੈਂ ਇਹਨਾਂ ਨੂੰ ਜਲਦੀ ਮਾਈਕ ਦੇਣਾ। ਇਸ ਇਲੈਕਸ਼ਨ 'ਚ ਬੜੇ ਫੈਸਲਾ ਕੁਨ ਤੁਹਾਨੂੰ ਇਸ ਤਰੀਕੇ ਦੇ ਫੈਸਲੇ ਕਰਨੇ ਪੈਣਗੇ ਵੀ ਸਰਕਾਰ ਵੀ ਤੋਰਨੀ ਹੈ ਅਤੇ ਲਿਆਣੀ ਕਿਹੜੀ ਹੈ ਉਹਦੇ ਵਾਸਤੇ ਵੀ ਇੱਕ ਸੋਚ ਰੱਖਣੀ ਪੈਣੀ ਹੈ। ਅਗਰ ਕੋਈ ਸਰਕਾਰ ਕੰਮ ਕਰਕੇ ਤੁਹਾਡੇ ਫਾਇਦੇ ਲਈ ਤੁਹਾਨੂੰ ਕੋਈ ਫਾਇਦਾ ਪਹੁੰਚਾ ਸਕਦੀ ਹੈ ਤਾਂ ਕਾਂਗਰਸ ਦੀ ਸਰਕਾਰ ਹੈ, ਅਤੇ ਖਾਸ ਤੌਰ 'ਤੇ ਬੜੇ ਤੁਸੀਂ ਲੋਕਾਂ ਨੇ ਐਕਸਪੈਰੀਮੈਂਟ ਕੀਤੇ ਨੇ ਪਿਛਲੇ 15 ਸਾਲ 'ਚ, ਅਤੇ ਐਤਕੀ ਮੇਰੀ ਗਰੰਟੀ ਲੈ ਲਿਓ, ਅਹੁਦੇ 'ਚ ਮੇਰੇ ਤੋਂ ਬਹੁਤ ਬੜਾ ਹੈ, ਉਮਰ 'ਚ ਥੋੜ੍ਹਾ ਜਿਹਾ ਹੀ ਛੋਟਾ ਹੈ ਮੇਰਾ ਭਰਾ ਰਾਜਾ ਬੜਿੰਗ। ਜੇ ਤੁਹਾਨੂੰ ਇਹ ਨਾ ਪਲਾ